ਅਲੈਕਮ, ਉਮੀਦ ਹੈ ਤੁਸੀਂ ਖੈਰੀਅਤ ਨਾਲ ਹੋਵੋਗੇ। ਅਤੇ ਅੱਜ ਮਾਸ਼ਾਅੱਲਾ ਆਖਰੀ ਰੋਜ਼ਾ ਹੈ, ਤਰੀਵਾਂ। ਅਤੇ ਅਸੀਂ ਨਾ ਹੁਣ ਅੱਜ ਚੱਲੇ ਹਾਂ, ਅੱਬੂ ਜੀ ਨੇ ਆਖਿਆ ਚਲੋ ਨਾ ਦਾਦਕੇ ਪਿੰਡ, ਤੁਹਾਨੂੰ ਘੁਮਾ ਫੜਾ ਲਿਆ ਜੀ। ਮੈਂ ਚਲੋ ਦਾਦਕੇ ਪਿੰਡ ਘੁੰਮ ਫਿਰ ਆਉਂਦੇ ਹਾਂ। ਅਤੇ ਹੁਣ ਮੈਂ ਕੱਪੜੇ ਛੱਪੜੇ ਨਵੇਂ ਪਾਏ ਨੇ, ਤਿਆਰ ਹੋ ਗਿਆ, ਅਤੇ ਖੁਸ਼ਬੂ ਵੀ ਲਾ ਲਈ ਅੱਲਾ ਕੀਤਾ। ਅਤੇ ਹੁਣ ਨਾ ਹੈ ਨਾ ਇੱਥੇ ਆਖ ਤਾਂ ਉਹ ਹੀ ਹੋਇਆ ਯਾਰ, ਤੁਹਾਨੂੰ ਦੱਸਿਆ ਵੀ ਸੀ ਪਹਿਲੀ ਵੀਡੀਓ ਵਿੱਚ ਵੀ ਕਿ ਸਫਾਈ ਕਰਦੇ ਕਰਦੇ ਤਮੂੜੀ ਇੱਕ ਲੜ ਪਈ ਸੀ ਇੱਥੇ ਆਉਣ ਕੇ। ਅਤੇ ਤੁਹਾਨੂੰ ਪਤਾ ਹੈ ਫੇਸ ਹੈ ਵੀ ਬੜਾ ਨਾਜ਼ੁਕ ਹਿੱਸਾ ਹੁੰਦਾ ਹੈ ਜਿਸਮ ਦਾ, ਬਾਡੀ ਦਾ। ਅਤੇ ਇਸ ਵਾਸਤੇ ਮੈਨੂੰ ਐਲਰਜੀ ਜੀ ਹੋ ਗਈ ਹੈ, ਠੀਕ ਹੈ ਜੀ। ਅਤੇ ਹੁਣ ਅਸੀਂ ਤਿਆਰ ਸ਼ਿਆਰ ਹੋ ਗਏ, ਅਸੀਂ ਚੱਲੇ ਹਾਂ, ਠੀਕ ਹੈ ਜੀ। ਜੀ ਮੈਂ ਬੂਟ ਸ਼ੂਟ ਵੀ ਪਾ ਲਿਆ, ਠੀਕ ਹੈ। ਚੱਲੇ, ਗੱਡੀ ਵੀ ਆ ਗਈ ਸਾਡੀ, ਠੀਕ ਹੈ ਜੀ। ਹੁਣ ਅਸੀਂ ਨਿਕਲਣ ਲੱਗੇ ਹਾਂ। ਠੀਕ ਹੈ ਜੀ, ਗੱਡੀ ਛੱਡੀ ਆ ਗਈ। ਅਸੀਂ ਹੁਣ ਨਿਕਲ ਪਏ ਹਾਂ ਅਤੇ ਅਸੀਂ ਪਹੁੰਚਣ ਨਾਲ ਹੀ ਤਕਰੀਬਨ ਰਹਿ ਗਿਆ 15-20 ਮਿੰਟਾਂ ਦਾ ਸਫ਼ਰ ਰਹਿ ਗਿਆ। ਅਤੇ ਚੈੱਕ ਕਰੋ, ਪੰਤਾਲੀ ਵਾਲੀ ਰੋਡ 'ਤੇ ਨਵੀਂ ਬਣ ਗਈ 45 ਤੱਕ, ਦੋ ਮੀਲ ਬਣ ਜਾਣਾ ਲਹਿਰਾ ਕਿਲੋ। ਅਸੀਂ ਆ ਗਏ ਜੀ ਚੁੜਤਾਲੀ ਪਿੰਡ, ਚੁੜਤਾਲੀ ਚੱਕ ਆ ਗਏ। ਅਤੇ ਇਹਦੇ ਤੋਂ ਅਗਲਾ ਪਿੰਡ ਸਾਡਾ ਦਾਦਕਾ ਪਿੰਡ ਹੈ 56 ਚੱਕ, ਪਠਾਣਾ ਚੱਕ ਨੂੰ ਆ ਅਤੇ ਵਜ਼ੀਰਾ ਗਾ ਵਾਲਾ ਪਿੰਡ ਹੈ, ਠੀਕ ਹੈ ਜੀ। ਚੁੜਤਾਲੀ ਪਿੰਡ ਤੋਂ ਨਿਕਲ ਆਏ ਹਾਂ ਬਾਹਰ, ਹੁਣ ਅਸੀਂ ਆਪਣੇ ਪਿੰਡ ਵੱਲ ਜਾ ਰਹੇ ਹਾਂ, ਦਾਦਕੇ ਪਿੰਡ 56 ਜਨੂਬੀ। ਚੱਕਰ ਬਾਗ ਚੈੱਕ ਕਰੋ, ਮਾਸ਼ਾਅੱਲਾ ਕਿੱਡਾ ਠੰਡੀ ਛਾਂ ਹੈ, ਪੌਦੇ ਛੋਦੇ ਲੱਗੇ ਨੇ ਜੀ। ਤਕਰੀਬਨ ਪਹੁੰਚ ਗਿਆ ਨੇੜੇ, ਦੇਖੋ ਜੀ। ਚੈੱਕ ਕਰੋ, ਬੱਚਾ ਪਾਣੀ ਭਰਨ ਆਇਆ ਇੰਨੀ ਦੂਰੋਂ, ਖਾਣ ਲਾਇਆ ਨਾਲ। ਅਤੇ ਨਹਿਰ ਵੀ ਆਉਣ ਵਾਲੀ ਹੈ, ਇਸ ਫਾਇਦੇ ਚੈੱਕ ਕਰੋ ਨਾ, ਇਹਨਾਂ ਦੇ ਨਾਲ ਹੀ ਨਹਿਰ ਹੈ ਥੱਲੇ, ਇਹਨਾਂ ਦੇ ਫਾਇਦੇ ਹਨ। ਅਤੇ ਬਾਗ ਹੈ ਮਾਲਟਿਆਂ ਦਾ। ਅਤੇ ਇਹ ਜੀ ਅਸੀਂ ਹੁਣ ਵਾੜਾ ਹੀ ਹਾਂ 56 ਚੱਕ ਦੀ ਦੂਰ ਵਿੱਚ, ਕਿੱਡਾ ਮਾਸ਼ਾਅੱਲਾ ਚੌਪੜਾ ਵੀ ਬਾਗ ਹੀ ਬਾਗ। ਅਸੀਂ ਜੋ ਆਈ ਦਾ ਨਾ ਛੋਟੇ ਹੁੰਦੇ ਉਦੋਂ ਬੜਾ ਖੁਸ਼ੀ ਮਿਲਦੀ ਸੀ ਆ ਪਿੰਡਾਂ, ਨਹਿਰ ਵਿੱਚ ਅਸੀਂ ਨਹਾਈ ਧੋਏ, ਨਹਾਈ ਚੈੱਕ
ਅਜੇ ਆ ਗਏ ਪਿੰਡ ਅਸੀਂ ਵੜਨ ਲੱਗੇ ਹਾਂ ਠੀਕ ਹੈ ਜੀ ਤੁਹਾਨੂੰ ਉਹ ਵੀ ਦੱਸਦੇ ਜਿੱਥੇ ਅਸੀਂ ਨਹਾਈਦਾ ਸੀ ਨਹਿਰ ਹੋਏ ਇੱਥੇ ਆ ਰਹੇ ਆ ਟ੍ਰੀ ਵੀ ਉਹ ਚੈੱਕ ਕਰੋ ਮਾਸ਼ਾਅੱਲਾ ਨਹਿਰ ਵੀ ਹੈ ਨਾਲ ਬਾਗ ਵੀ ਮਤਲਬ ਬੜਾ ਹਸੀਨ ਮੰਜ਼ਰ ਆ ਪਿੰਡ ਛੋਟਾ ਜਿਹਾ ਪਿੰਡ ਹੈ ਛੋਟਾ ਜਿਹਾ ਪਿੰਡ ਅਤੇ ਨਹਿਰ ਵੀ ਸਾਈਡ 'ਤੇ ਆ ਇੱਧਰ ਨਿੱਕੀ ਵੱਡੀ ਨਹਿਰ ਬੜਾ ਨਿੱਕੀ ਨਹਿਰ ਦੋਵਾਂ ਸਾਈਡਾਂ 'ਤੇ ਨਾ ਪਿੰਡ ਦੇ ਨਹਿਰ ਹੈ ਅਤੇ ਸੈਂਟਰ 'ਚ ਸਰ ਸਬਜ਼ਾ ਬਾਗ ਆਤ ਵੇਖੋ ਮਾਲਟਿਆਂ ਦੇ ਉਹ ਜੇ ਇਹਨਾਂ ਨੇ ਮਿੱਟੀ ਛਿੱਟੀ ਕੱਢ ਕੇ ਬਾਹਰ ਨਹੀਂ ਤਾਂ ਨਹਿਰ ਦਾ ਨਜ਼ਾਰਾ ਤੁਹਾਨੂੰ ਖਾਣਾ ਤਾਂ ਆਇਆ ਸੀ ਠੀਕ ਜੀ ਇਹ ਸੜਕ ਪਿੰਡ ਤੋਂ ਜਾਂਦੀ ਪਰ ਅਸੀਂ ਇੱਥੋਂ ਨਹੀਂ ਜਾਣਾ ਕਿਉਂਕਿ ਇੱਥੇ ਅੱਗੇ ਲੱਗਾ ਫੱਟਾ ਫੱਟੇ ਤੋਂ ਤਾਂ ਗੱਡੀ ਕਰਾਸ ਨਹੀਂ ਨਾ ਹੋਣੀ ਅਤੇ ਚੈੱਕ ਕਰੋ ਜੀ ਉਹ ਸੜਕ ਜਾ ਰਹੀ ਹੈ ਪਿੰਡ ਨੂੰ ਇਹ ਚੈੱਕ ਕਰੋ ਜੀ ਮੱਝ ਇੰਜੋਏ ਕਰ ਰਹੀ ਹੈ ਇਹ ਫੱਟਾ ਇੱਥੇ ਅਸੀਂ ਨਹਾਈਦਾ ਸੀ ਆਣ ਕੇ ਹੁਣ ਅਸੀਂ ਚੱਲੇ ਹਾਂ ਜਿੱਥੇ ਪੁਲੀ ਛੋਲੀ ਵੱਡੀ ਬਣੀ ਹੈ ਜਿੱਥੋਂ ਗੱਡੀ ਛੱਡੀ ਲੰਘ ਸਕਦੀ ਹੈ ਉੱਥੇ ਜਾ ਰਹੇ ਹਾਂ ਉੱਥੋਂ ਫਿਰ ਅਸੀਂ ਉਹ ਲਾ ਕੇ ਉੱਥੋਂ ਪਿੰਡਾਂ ਲਾਵਾਂਗੇ ਜੀ ਚੈੱਕ ਕਰੋ ਜੀ ਮਾਸ਼ਾਅੱਲਾ ਜਾਨਵਰ ਚੈੱਕ ਕਰੋ ਬੱਕਰੀਆਂ ਲੈ ਲੈ ਜੀ ਆ ਗਈ ਪੁਲੀ ਪਰ ਥੋੜ੍ਹੀ ਡੈਮੇਜ ਇਹਦੇ ਥੱਲੇ ਖੂਹੀਆਂ ਵੀ ਬਣੀਆਂ ਇੱਥੇ ਬੰਦੇ ਵੀ ਬੜੇ ਨਾ ਬੜੇ ਨੇ ਅਤੇ ਹੁਣ ਅੱਗੇ ਚੈੱਕ ਕਰੋ ਨਵਾਂ ਪੁਲ ਜਿਹਾ ਬਣਾਇਆ ਇਹਨਾਂ ਗੌਰਮੈਂਟ ਵਾਲਿਆਂ ਨੇ ਅਤੇ ਇਹ ਚੈੱਕ ਕਰੋ ਜੀ ਬੋਰਡ ਚੈੱਕ ਕਰੋ ਮਾਸ਼ਾਅੱਲਾ ਬੜਾ ਪੁਰਾਣਾ ਸਦੀਆਂ ਪੁਰਾਣਾ ਬੋਰਡ ਹੈ ਇੱਥੇ ਲੱਗਾ ਚੈੱਕ ਕਰੋ ਦਾੜੀ ਵੀ ਲੱਗ ਗਈ ਉਹਨੂੰ ਆ ਗਈ ਦਾੜੀ ਅਤੇ ਇੱਥੇ ਮੇਰਾ ਖਿਆਲ ਹਿਸਾਬ ਨਾਲ ਬਾਬਾ ਵੀ ਇੱਕ ਬਹਿੰਦਾ ਥੱਲੇ ਹੋਵੇ ਕਿਹੜਾ ਕੋਠਾ ਛੋਟਾ ਬਣਿਆ ਚੈੱਕ ਕਰੋ ਜੀ ਅਤੇ ਐਪ ਆ ਗਿਆ ਨਵਾਂ ਪੁੱਲ ਹੈ ਜੀ ਪੁੱਲ ਚੈੱਕ ਕਰੋ ਜੀ ਨਹਿਰ ਜੀ ਅਸੀਂ ਆ ਗਏ ਹਾਂ ਰੋਡ 'ਤੇ ਚੜ੍ਹ ਗਏ ਹਾਂ ਪਿੰਡ ਵਾਲੀ ਚੈੱਕ ਕਰੋ ਮਾਸ਼ਾਅੱਲਾ ਦੋਵਾਂ ਸਾਈਡਾਂ 'ਤੇ ਫਾਇਦੇ ਲੱਗੇ ਅਤੇ ਛਾਂ ਹੀ ਛਾਂ ਲੈ ਚੈੱਕ ਕਰੋ ਜੀ ਇਹ ਜੀ ਉਹ ਤੁਹਾਨੂੰ ਜਾਵੇ ਅੱਗੇ ਫੱਟਾ ਇੱਥੇ ਨਹਾਈਦਾ ਧਿਆਨ ਮੱਝ ਇੰਜੋਏ ਕਰ ਰਹੀ ਹੈ ਮੱਝ ਠੀਕ ਹੈ ਜੀ ਚੈੱਕ ਕਰੋ ਜੀ ਪ੍ਰਾਇਮਰੀ ਸਕੂਲ ਹੈ ਸਾਡੇ ਪਿੰਡ ਦਾ ਦਾਦਕੇ ਪਿੰਡ ਦਾ ਇਹ ਚੈੱਕ ਕਰੋ ਅੰਬਾਂ ਦੇ ਬੂਟੇ ਵੀ ਲੱਗੇ ਨੇ ਅੱਜ ਅਮਰੂਦਾਂ ਦੇ ਸ਼ਤੂਤ ਵਗੈਰਾ ਸਾਰੇ ਮਤਲਬ ਬੂਟੇ ਛੂਟੇ ਲੱਗੇ ਨੇ ਇਹ ਚੈੱਕ ਕਰੋ ਜੀ ਇਹ ਗਰਾਊਂਡ ਹੈ ਪਿੰਡ ਦਾ ਸਕੂਲ ਦਾ ਇਹ ਚੈੱਕ ਕਰੋ ਜੀ ਪਿੰਡ ਦੇ ਵਿੱਚ ਵਾੜਾ ਆ ਇੱਥੇ ਖੂਹ ਆਉਂਦਾ ਸੀ ਪਰ ਹੁਣ ਤੁਹਾਨੂੰ ਨਾ ਮਿੱਟੀ ਛਿੱਟੀ ਸਿੱਟ ਕੇ ਪੋੜ ਦਿੱਤਾ ਇਹ ਸਾਹਮਣੇ ਮੱਝ ਅਤੇ ਪਿੰਡ ਦੀ ਅਤੇ ਇਹ ਸਾਹਮਣੇ ਜਿਹੜਾ ਬੂਹ ਹੈ ਇਹ ਪਿੰਡ ਦਾ ਚੌਧਰੀ ਵਜ਼ੀਰ ਹੈਗਾ ਇਹ ਚੈੱਕ ਕਰੋ ਜੀ ਇਹ ਬੱਟਾਂ ਦੇ ਘਰ ਜੀ ਅਲਹਮਦੁਲਿਲਾ ਅਸੀਂ ਪਹੁੰਚ ਗਏ ਆਪਣੇ ਦਾਦਕੇ ਪਿੰਡ ਅਤੇ ਇਹ ਜੀ ਘਰ ਸਾਡੇ ਦਾਦਕੇ ਪੁਰਾਣਾ ਜਿਹੜਾ ਘਰ ਸੀ ਇਹ ਪਰ ਹੁਣ ਤਾਂ ਨਵਾਂ ਛਵਾਂ ਬਣਾ ਲਿਆ ਨਾ ਠੀਕ ਹੈ ਜੀ ਅਸੀਂ ਹੁਣ ਆਲਰੇਡੀ ਪਹੁੰਚ ਗਏ ਠੀਕ ਹੈ
ਚੈੱਕ ਕਰੋ ਜੀ ਇਹ ਜੀ ਬੱਚਾ ਦਾਊਦ ਠੀਕ ਹੈ।